ਕਰਤਾਰਪੁਰ ਕੋਰੀਡੋਰ ਗੁਰਧਾਮ ਯਾਤਰਾ ਲਈ ਪਾਕਿ ਸਰਕਾਰ ਵੱਲੋਂ $20 ਚਾਰਜ ਲਗਾਉਣ ਤੇ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਤਿੱਖੇ ਨਿਸ਼ਾਨੇ ਸਾਧਿਆ ਅਤੇ ਕਿਹਾ ਕਿ $20 ਚਾਰਜ ਲਗਾਉਣ ਨਾਲ ਪਾਕਿਸਤਾਨ ਸਰਕਾਰ ਦੀ ਨਾਪਾਕ ਨੀਅਤ ਦਾ ਸਾਫ਼ ਪਤਾ ਚੱਲਦਾ ਹੈ। ਗੁਰੂਆਂ ਦੇ ਧਾਮਾਂ 'ਤੇ ਜਾਣ ਵਾਲੇ ਸ਼ਰਧਾਲੂਆਂ 'ਤੇ ਕੋਈ ਵੀ ਟੈਕਸ ਨਹੀਂ ਲਗਾਉਣਾ ਚਾਹੀਦਾ। ਕਿਸੇ ਵੀ ਧਾਰਮਿਕ ਯਾਤਰਾ ਲਈ ਇਹ ਚਾਰਜ ਸਹੀ ਨਹੀਂ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਕਿ ਮਾਮਲੇ 'ਤੇ ਪਾਕਿ ਸਰਕਾਰ ਨਾਲ ਗੱਲਬਾਤ ਕਰ ਹੱਲ ਕਰਨ। ਪੰਜਾਬ ਜ਼ਿਮਨੀ ਚੋਣਾਂ ਦੇ ਸਵਾਲ 'ਤੇ ਮੰਤਰੀ ਧਰਮਸੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਜ਼ਿਮਨੀ ਚੋਣਾਂ ਲਈ ਪੂਰੀ ਤਿਆਰ ਹੈ ਅਤੇ ਜਿੱਤ ਵੀ ਯਕੀਨੀ ਦਰਜ ਕਰੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ, ਜੋ ਕਿ ਟਰੱਕ ਯੂਨੀਅਨ ਨਾਭਾ ਪ੍ਰਧਾਨ ਨਵਦੀਪ ਧਾਲੀਵਾਲ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਸੰਬੰਧੀ ਧਾਰਮਿਕ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣ ਪਹੁੰਚੇ ਸਨ। ਸਮਾਗਮ ਦੌਰਾਨ ਧਾਰਮਿਕ ਸ਼ਖਸੀਅਤਾਂ ਨੇ ਕਥਾ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਸਮਾਗਮ ਦੌਰਾਨ ਮੰਤਰੀ ਧਰਮਸੋਤ ਨੇ ਟਰੱਕ ਯੂਨੀਅਨ ਦੇ ਵਿਕਾਸ ਕਾਰਜਾਂ ਲਈ ਯੂਨੀਅਨ ਨੂੰ ₹5 ਲੱਖ ਦੀ ਗ੍ਰਾਂਟ ਦਾ ਚੈੱਕ ਜਾਰੀ ਕੀਤਾ। ਇਸ ਦੌਰਾਨ ਟਰੱਕ ਯੂਨੀਅਨ ਪ੍ਰਧਾਨ ਨਵਦੀਪ ਧਾਲੀਵਾਲ ਅਤੇ ਕਾਂਗਰਸੀ ਨੇਤਾਵਾਂ ਨੇ ਮੰਤਰੀ ਧਰਮਸੋਤ ਦਾ ਸਮਾਗਮ ਵਿੱਚ ਪਹੁੰਚਣ ਦੇ ਧੰਨਵਾਦ ਕਰਦਿਆਂ ਯੂਨੀਅਨ ਨੂੰ ₹5 ਲੱਖ ਗ੍ਰਾਂਟ ਦੇਣ ਦਾ ਸਵਾਗਤ ਕੀਤਾ। ਜੋ ਨਾਭਾ ਹੈ ਉਹਦੇ ਵੱਲੋਂ ਹਰ ਸਾਲ ਹੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਨੇ ਔਰ ਮੈਨੂੰ ਵੀ ਇੱਥੇ ਹਰ ਸਾਲ ਬੁਲਾਇਆ ਜਾਂਦਾ, ਅੱਜ ਵੀ ਬੁਲਾਇਆ ਗਿਆ। ਮੈਂ ਇਹਨਾਂ ਨੂੰ ਅੱਜ ਦੇ ਸਮਾਗਮ ਦੀ ਲੱਖ ਲੱਖ ਵਧਾਈ ਪੇਸ਼ ਕਰਦਾ। ਮੈਂ ਸਮਝਦਾ ਕਿ ਇੱਕ ਪਾਕਿਸਤਾਨ ਨੇ ਆਪਣੀ ਨੀਤ ਦਿਖਾ ਦਿੱਤੀ ਕਿ ਅੱਜ ਤੱਕ ਕਿਸੇ ਵੀ ਦਰਬਾਰ 'ਤੇ ਕਿਸੇ ਗੁਰੂਆਂ ਦੇ ਦਰਸ਼ਨਾਂ 'ਤੇ ਸਰਕਾਰੀ ਟੈਕਸ ਨਹੀਂ ਸੀ ਲੱਗਿਆ ਔਰ ਇਹ ਸਰਕਾਰੀ ਟੈਕਸ ਸਰਕਾਰ ਨੇ ਪਾਕਿਸਤਾਨੀ ਲਗਾ ਕੇ ਮੈਂ ਸਮਝਦਾ ਕਿ ਨਿੰਦਣਯੋਗ ਕੰਮ ਕੀਤਾ ਔਰ ਇਸ 'ਤੇ ਮੋਦੀ ਸਾਹਿਬ ਨੂੰ ਔਰ ਆਪਣੇ ਨੁਮਾਇੰਦੇ ਭੇਜ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰੇ, ਇਸ ਦਾ ਮਸਲਾ ਹੱਲ ਕੀਤਾ ਜਾਵੇ। ਉਪ ਚੋਣਾਂ ਹੋਣ ਜਾ ਰਹੀਆਂ ਨੇ, ਪਹਿਲਾਂ ਵੀ ਹੋਈਆਂ ਨੇ, ਗੁਰੂ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਵੀ ਸਾਰੀਆਂ ਜਿੱਤੀਆਂ, ਹੁਣ ਵੀ ਜਿੱਤਾਂਗੇ। ਪ੍ਰੋਗਰਾਮ ਕਰਾਉਂਦੇ ਹਾਂ ਇਸ ਵਾਰ, ਸਾਡਾ ਜ਼ਿਆਦਾ ਵਧੀਆ ਤਾਂ ਹੈ ਵੀ 550 ਸਾਲ ਆ ਗੁਰੂ ਨਾਨਕ ਦੇਵ ਜੀ ਦਾ ਨਾਂ ਰਲਿਆ ਅਤੇ ਅਸੀਂ ਮੰਤਰੀ ਸਾਹਿਬ ਦੇ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦੀ ਇਹਨਾਂ ਦੇ ਨਾਲ, ਸਾਡੇ ਰਜੀਸ਼ ਮਿੱਤਲ ਸੈਂਟੀ ਜੀ ਪ੍ਰਧਾਨ ਨਾਲ, ਚੇਅਰਮੈਨ ਖੰਨਾ ਸਾਹਿਬ, ਬਾਈ ਜਗਜੀਤ ਸਿੰਘ ਰੱਦੀ ਜੀ, ਅਸੀਂ ਸਾਰਿਆਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਮੰਤਰੀ ਸਾਹਿਬ ਨੇ ਸਾਨੂੰ ਅੱਜ ₹5 ਲੱਖ ਦਾ ਚੈੱਕ ਦਿੱਤਾ ਹੈਗਾ, ਅਸੀਂ ਉਹਦੇ ਦੇ ਮੰਤਰੀ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ। ਉਹਨਾਂ ਦੇ ਸਦਾ ਰਿਣੀ ਰਹੇ, ਪਹਿਲਾਂ ਵੀ ਇਹਨਾਂ ₹2 ਲੱਖ ਦਿੱਤਾ ਜੀ, ਉਸ ਲਈ ਸਾਹਮਣੇ ਸ਼ੈੱਡ ਪਾਇਆ ਸੀਗਾ ਅਤੇ ਹੁਣ ਸਾਨੂੰ ₹5 ਲੱਖ ਹੋਰ ਮਿਲਿਆ ਸੀ, ਹੋਰ ਇਹਦਾ ਵੱਧ ਤੋਂ ਵੱਧ ਯੂਨੀਅਨ ਦਾ ਕੰਮ ਕਰਾਂਗੇ। ਬਹੁਤ ਹੀ ਖੁਸ਼ੀ ਦੀ ਗੱਲ ਹੈ, ਸਾਡੇ ਨਾਭਾ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਹਨੀ ਨਵਦੀਪ ਧਾਲੀਵਾਲ ਜੀ ਦੀ ਰਹਿਨਮਾਈ 'ਚ ਇੱਥੇ ਬਹੁਤ ਵਧੀਆ 2 ਸਾਲ ਤੋਂ 3 ਸਾਲ ਤੋਂ ਸੰਸਥਾ ਚੱਲ ਰਹੀ ਹੈ, ਪਹਿਲਾਂ ਵੀ ਵਧੀਆ ਚੱਲ ਰਹੀ ਹੈ ਪਰ ਇਹਨਾਂ ਨੇ ਆ ਕੇ ਹੋਰ 4 ਚੰਨ ਲਾ ਗਏ ਨੇ। ਮੰਤਰੀ ਦਾ ਆਸ਼ੀਰਵਾਦ ਹੈ, ਅੱਜ ਵੀ ਕੈਬਨਿਟ ਦੇ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਆਪਣੇ ਅਖਤਿਆਰੀ ਫੰਡ 'ਚੋਂ ₹5 ਲੱਖ ਦੀ ਰਾਸ਼ੀ ਇਹਨਾਂ ਨੂੰ ਦੇ ਕੇ ਗਏ ਨੇ ਤਾਂ ਜੋ ਇੱਥੇ ਦੀ ਹੋਰ ਜੋ ਓਪਰੇਟਰਾਂ ਦੀ ਸਮੱਸਿਆ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ। ਮੈਂ ਆਪਣੇ ਵੱਲੋਂ ਸਮੂਹ ਨਗਰ ਕੌਂਸਲ ਦੇ MC ਸਾਹਿਬਾਨਾਂ ਵੱਲੋਂ ਇਹਨਾਂ ਨੂੰ ਲੱਖ ਵਧਾਈ ਦਿੰਦਾ। ਗੁਰੂ ਨਾਨਕ ਦੇਵ ਜੀ ਦੇ 550 ਦਿਹਾੜੇ 'ਤੇ ਸਾਡੇ ਹਨੀ ਧਾਲੀਵਾਲ ਜੀ ਨੇ ਇੱਥੇ ਬਹੁਤ ਵੱਡਾ, ਸੈਂਕੜਿਆਂ ਦੀ ਗਿਣਤੀ 'ਚ ਓਪਰੇਟਰ ਆਏ ਨੇ ਜਿਨ੍ਹਾਂ ਨੇ ਲੰਗਰ ਛਕਿਆ ਔਰ ਗੁਰੂ ਜੀ ਦਾ, ਗੁਰੂ ਅਖੰਡ ਪਾਠ ਸਾਹਿਬ ਦਾ ਭੋਗ ਪਿਆ, ਬੜੀ ਖੁਸ਼ੀ ਦੀ ਗੱਲ ਹੈ। ਮੈਂ ਆਪਣੇ ਵੱਲੋਂ ਸਾਡੇ ਪ੍ਰਧਾਨ ਜੀ ਖੜ੍ਹੇ ਨੇ, ਸੈਂਟੀ ਜੀ, ਮੰਤਰੀ ਸਾਧੂ ਸਿੰਘ ਧਰਮਸੋਤ ਜੀ ਵੱਲੋਂ ਜੀਆਂ ਆਖਦਾ ਔਰ ਧੰਨਵਾਦ ਕਰਦੇ ਹਾਂ ਮੰਤਰੀ ਜੀ ਦਾ, ਜਿਨ੍ਹਾਂ ਨੇ ਖੁੱਲ੍ਹੀ ਦਿਲੀ ਨਾਲ 5 ਲੱਖ ਰੁਪਇਆ ਸਾਡੇ ਹਨੀ ਧਾਲੀਵਾਲ ਜੀ ਨੂੰ
ਧਾਰੀਵਾਲ ਸਾਹਿਬ ਨੂੰ ਟਰੱਕ ਯੂਨੀਅਨ ਦੇ ਆਪਰੇਟਰਾਂ ਲਈ ਸ਼ੈੱਡ ਲਈ 4 ਦੀਵਾਰੀ ਲਈ 5 ਲੱਖ ਦਿੱਤਾ। ਧੰਨਵਾਦ। ਆਵਾਜ਼ੀ ਕੌਮ ਟੀਵੀ ਲਈ ਨਾਭਾ ਤੋਂ ਤਰਨ ਮਹਿਤਾ ਦੀ ਰਿਪੋਰਟ।